ਅੱਜ ਕਰੀਬ 18ਵਾਂ ਸਾਲ ਹੋ ਚੱਲਿਆ ਜਿਹੜੇ ਇੱਥੇ ਅਸੀਂ ਸ਼ਿਮਲਾ ਪਹਾੜੀ 'ਤੇ ਪਤੰਜਲੀ ਯੋਗ ਸਮਿਤੀ ਦੇ ਨਾਲ ਅਸੀਂ ਜੁੜੇ ਹੋਏ ਹਾਂ। ਜਿਵੇਂ ਕਿ ਸਰਵਾਈਕਲ ਦੀ ਪ੍ਰੋਬਲਮ ਹੈ, ਮਨਕਿਆਂ 'ਚ ਗੈਪ ਹੈ, ਸ਼ਿਆਟਿਕਾ ਪੇਨ ਹੈ, ਉਹ ਯੋਗ ਦੇ ਨਾਲ ਹੀ ਐਕਸਰਸਾਈਜ਼ ਦੇ ਨਾਲ ਹੀ ਠੀਕ ਹੋ ਸਕਦੀ ਹੈ। ਅੱਜ ਦੀ ਜ਼ਿੰਦਗੀ ਜਿੱਦਾਂ ਪ੍ਰਦੂਸ਼ਣ ਹੈ, ਭੀੜ ਭੜੱਕਾ ਹੈਗਾ, ਬੰਦਾ ਟੈਨਸ਼ਨ ਦੇ ਵਿੱਚ ਹੈ, ਉਹਦੇ ਲਈ ਯੋਗ ਕਰਨਾ ਬਹੁਤ ਹੀ ਵਧੀਆ ਹੈ। ਮੇਰਾ ਨਾਂ ਰਵੀ ਕੁਮਾਰ, ਅੱਜ ਕਰੀਬ 18ਵਾਂ ਸਾਲ ਹੋ ਚੱਲਿਆ ਜਿਹੜੇ ਇੱਥੇ ਅਸੀਂ ਸ਼ਿਮਲਾ ਪਹਾੜੀ 'ਤੇ ਪਤੰਜਲੀ ਯੋਗ ਸਮਿਤੀ ਦੇ ਨਾਲ ਅਸੀਂ ਜੁੜੇ ਹੋਏ ਹਾਂ ਔਰ ਰੈਗੂਲਰ ਸਾਰਾ ਸਾਲ ਸਾਡੀ ਕਲਾਸ ਜਿਹੜੀ ਹੈ ਉਹ ਚੱਲਦੀ ਹੈ। ਉਸਦਾ ਟਾਈਮਿੰਗ ਜਿਹੜਾ ਹੈ 6 ਤੋਂ 7:30 ਵਜੇ ਤੱਕ ਔਰ ਨਿਸ਼ੁਲਕ ਹੈ, ਇਸਦਾ ਕੋਈ ਚਾਰਜ ਨਹੀਂ ਅਸੀਂ ਲੈਂਦੇ ਕਿਸੇ ਕੋਲੋਂ। ਜੋ ਵੀ ਆਉਣਾ ਚਾਹੁੰਦਾ ਉਹ ਬੇਹਿਚਕ ਆ ਸਕਦਾ ਇਸ 'ਤੇ। ਇਹ ਕਰੋ ਯੋਗ ਰਹੋ ਨਿਰੋਗ ਦੀ ਭਾਵਨਾ ਨੂੰ ਚਰਤਾਰਥ ਕਰਦੇ ਹੋਏ ਇਹ ਕੈਂਪ ਜਿਹੜਾ ਵਾ ਉਹ ਲੱਗ ਰਿਹਾ ਔਰ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਜਿਹੜੇ ਲੋਕਾਂ ਨੂੰ ਮਤਲਬ ਜਿਵੇਂ ਕਿ ਸਰਵਾਈਕਲ ਦੀ ਪ੍ਰੋਬਲਮ ਹੈ, ਮਨਕਿਆਂ 'ਚ ਗੈਪ ਹੈ, ਸ਼ਿਆਟਿਕਾ ਪੇਨ ਹੈ, ਉਹ ਯੋਗ ਦੇ ਨਾਲ ਹੀ ਐਕਸਰਸਾਈਜ਼ ਦੇ ਨਾਲ ਹੀ ਠੀਕ ਹੋ ਸਕਦੀ ਹੈ। ਦਵਾਈਆਂ ਦੇ ਇੱਕ ਇਹਨਾਂ ਨੂੰ ਜੀਵਨ ਦਾਨ ਤਾਂ ਨਹੀਂ ਕਿਹਾ ਜਾ ਸਕਦਾ, ਇੱਕ ਮੋਰਲ ਸਪੋਰਟ ਜਿਹੜੀ ਹੈ ਦਵਾਈਆਂ ਦੀ ਹੋ ਸਕਦੀ ਹੈ, ਲੇਕਿਨ ਜਿਹੜੀ ਇਹਨੂੰ ਐਕਚੁਅਲ 'ਚ ਜਿਹੜੀ ਇਹਨੂੰ ਪ੍ਰੋਬਲਮ ਨੂੰ ਹੱਲ ਹੈ ਉਹ ਯੋਗ ਹੀ ਹੈ। ਔਰ ਇਹਦੇ ਨਾਲ ਅਸੀਂ ਕੁਛ ਆਸਨ, ਮੰਡੂਕ ਆਸਨ ਵਗੈਰਾ ਜਿਹੜੇ ਉਹ ਸਾਡੀ ਪੈਂਕਰੀਆ ਨੂੰ ਐਕਟੀਵੇਟ ਕਰ ਦਿੰਦੇ ਨੇ ਔਰ ਸ਼ੂਗਰ ਜਿਹੜੀ ਆ ਕੰਟਰੋਲ 'ਤੇ ਰਹਿੰਦੀ ਹੈ। ਕੁਛ ਟਾਈਮ ਪਾ ਕੇ ਅਗਰ ਅਸੀਂ ਰੈਗੂਲਰ ਕਰਦੇ ਰਹੀਏ ਮੰਡੂਕ ਆਸਨ ਵਗੈਰਾ ਤਾਂ ਸ਼ੂਗਰ ਨੂੰ ਕੰਟਰੋਲ ਵੀ ਕੀਤਾ ਜਾ ਸਕਦਾ ਔਰ ਠੀਕ ਵੀ ਹੋ ਸਕਦੀ ਹੈ। ਹਰ ਉਮਰ ਦੇ ਜਿਹੜੇ ਨੇ ਉਹ ਇੱਥੇ ਆਉਂਦੇ ਨੇ, ਸਾਰੇ ਜਣੇ ਅਸੀਂ ਸੀਨੀਅਰ ਸਿਟੀਜ਼ਨ ਵੀ ਨੇ, ਜਵਾਨ ਵੀ ਨੇ, ਹਰ ਉਮਰ ਦੇ। ਯੋਗ ਤਾਂ ਸਾਰਿਆਂ ਵਾਸਤੇ ਹੀ ਜ਼ਰੂਰੀ ਹੈ, ਕਿਸੇ ਵੀ ਉਮਰ ਦਾ ਹੋਵੇ, ਬੱਚੇ ਹੋਣ, ਔਰਤਾਂ ਹੋਣ, ਬੁਢਾਪੇ ਵਾਲੇ ਬੁੱਢੇ ਹੋਣ। ਬਾਕੀ ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਹਾਂ, ਫੋਲੋ ਕਰੋ ਸਾਨੂੰ, ਆਓ ਰੋਸ਼ ਔਰ ਇਸ ਜੀਵਨ ਦਾ ਆਨੰਦ ਮਾਨੋ, ਦਵਾਈਆਂ ਤੋਂ ਛੁਟਕਾਰਾ ਪਾਓ, ਇਹੀ ਕਾਮਨਾ ਕਰਦੇ ਹੋਏ ਅੱਜ ਅਸੀਂ ਨਿਊਜ਼ 18 ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕੋਲ ਇੱਥੇ ਅੱਜ ਸਾਨੂੰ ਕਵਰ ਕਰਨ ਵਾਸਤੇ ਆਏ। ਵੈਰੀ ਵੈਰੀ ਥੈਂਕਸ, ਧੰਨਵਾਦ। ਮੈਨੂੰ 30 ਸਾਲ ਹੋ ਗਏ ਕੰਮ ਸਾਨੂੰ, ਅਤੇ ਮਨੁੱਖ ਤਾਂ ਬਹੁਤ ਅੱਛਾ ਹੈ ਜੀ। ਅੱਜ ਦੀ ਜ਼ਿੰਦਗੀ ਜਿੱਦਾਂ ਪ੍ਰਦੂਸ਼ਣ ਹੈ, ਭੀੜ ਭੜੱਕਾ ਹੈਗਾ, ਬੰਦਾ ਟੈਨਸ਼ਨ ਦੇ ਵਿੱਚ ਹੈ, ਉਹਦੇ ਲਈ ਯੋਗ ਕਰਨਾ ਬਹੁਤ ਹੀ ਵਧੀਆ ਹੈ। ਯੋਗ ਨਾਲ ਲੱਖਾਂ ਬਿਮਾਰੀਆਂ ਦੀਆਂ ਠੀਕ ਹੋ ਜਾਂਦੀਆਂ ਇਨਸਾਨ ਦੀਆਂ। ਅਤੇ ਇਸ ਅੱਗੇ ਡੇਲੀ ਸੁਬਾਹ ਉੱਠ ਕੇ ਸਵੇਰੇ 5 ਵਜੇ ਆਓ, ਸੈਰ ਕਰੋ, ਇੱਥੇ ਸਾਡੇ ਕੋਲ ਆ ਕੇ ਯੋਗਾ ਕਰੋ। ਜਿਸ ਚੀਜ਼ ਦਾ ਨਹੀਂ ਪਤਾ ਚੱਲਦਾ ਉਹ ਸਾਡੇ ਕੋਲ ਪੁੱਛੋ ਆ ਕੇ ਤੁਸੀਂ। ਇਹਦੇ ਨਾਲ ਕਈ ਬਿਮਾਰੀਆਂ ਦਾ ਬਹੁਤ ਇਲਾਜ ਹੁੰਦਾ, ਕਈ ਲੋਕ ਠੀਕ ਹੋਏ ਇੱਥੋਂ ਆ ਕੇ ਸਾਡੇ ਕੋਲ। ਇਹ ਜਿਹੜੀ ਪੱਧਤੀ ਸਾਡੇ ਇੱਥੋਂ ਇੰਡੀਆ ਤੋਂ ਚੱਲੀ ਹੈ, ਇਹ ਇੱਥੋਂ ਦੀ ਅਸੀਂ ਭੁੱਲ ਗਏ ਸੀ, ਮਤਲਬ ਵਿਦੇਸ਼ ਵਾਲਿਆਂ ਨੇ ਸਾਨੂੰ ਫਿਰ ਦੁਬਾਰਾ
ਇਹਨੂੰ ਵਾਪਸ ਲਿਆਉਂਦਾ ਔਰ ਅਸੀਂ ਇਹ ਕਰਕੇ ਬਹੁਤ ਹੀ ਅੱਗੇ ਪੁੱਜ ਰਹੇ ਹਾਂ ਔਰ ਸਾਡੇ ਕਾਫੀ ਲੋਕ ਤਿਆਰ ਹੋ ਰਹੇ ਨੇ ਇਸ ਬਾਰੇ 'ਚ ਜੋ ਅੱਗੇ ਸਿਖਾ ਵੀ ਰਹੇ ਨੇ ਲੋਕਾਂ ਨੂੰ।